ਜਿੰਪਾ ਜੀ ਕਿਵੇਂ ਲੱਗਦਾ ਅੱਜ ਦੀ ਬੈਠਕ ਨੂੰ ਲੈ ਕੇ ਕਿਉਂਕਿ ਕਾਫੀ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਹਜੇ ਵਿਚਾਰ ਕਰਨਾ ਹੋਏਗਾ ਪਾਰਟੀ ਨੂੰ ਭਾਵੇਂ ਮਹਿਕਮਿਆਂ ਦੀ ਵੰਡ ਦੀ ਗੱਲ ਕੀਤੀ ਜਾਵੇ ਰਾਜ ਸਭਾ ਮੈਂਬਰਾਂ ਦੀ ਟਿਕਟਾਂ ਦੀ ਗੱਲ ਕੀਤੀ ਜਾਵੇ ਇਹ ਤਮਾਮ ਚੀਜ਼ਾਂ ਤੇ ਹਜੇ ਵਿਚਾਰ ਕਰਨਾ ਹੋਏਗਾ ਤੁਹਾਨੂੰ ਕੀ ਲੱਗਦਾ ਅੱਜ ਦਾ ਏਜੰਡਾ ਕੀ ਕੁਝ ਰਹਿ ਸਕਦਾ ਪਾਰਟੀ ਵਿਚਾਰ ਕਰਕੇ ਹੀ ਕੰਮ ਕਰ ਰਹੀ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਜੇ ਰਾਜ ਸਭਾ ਦੇ ਮੈਂਬਰ ਪਾਰਟੀ ਨਾਲ ਤਾਂ ਵੱਡਾ ਵਿਚਾਰ ਹੋਇਆ ਹੋਣਾ ਅਰਵਿੰਦ ਜੀ ਦੀ ਟੀਮ ਨੇ ਉਹ ਹਨੁਮਾਨ ਜੀ ਨਾਲ ਲੈ ਕੇ ਵਿਚਾਰ ਕੀਤਾ ਹੋਣਾ ਉਹ ਬਿਨਾਂ ਵਿਚਾਰ ਤੋਂ ਕੋਈ ਨਹੀਂ ਆਣਾ ਜਿੰਪਾ ਜੀ ਜਿਹੜਾ ਇੱਕ ਵਿਰੋਧੀਆਂ ਵੱਲੋਂ ਸਵਾਲ ਖੜਾ ਕੀਤਾ ਜਾਂਦਾ ਸੀਗਾ ਕਿ ਜੇਕਰ ਸਰਕਾਰ ਬਣਦੀ ਆਮ ਆਦਮੀ ਪਾਰਟੀ ਤਾਂ ਉਹ ਦਿੱਲੀ ਤੋਂ ਚੱਲੂਗੀ ਹੁਣ ਰਾਘਵ ਚੱਡਾ ਦਾ ਨਾਂ ਜਿਵੇਂ ਸਾਹਮਣੇ ਆ ਰਿਹਾ ਤੇ ਵਿਰੋਧੀ ਕਿਤੇ ਨਾ ਕਿਤੇ ਦੁਬਾਰਾ ਤੋਂ ਸਵਾਲ ਚੱਕ ਰਹੇ ਹੈ ਕਿ ਕਿਉਂ ਦਿੱਲੀ ਵਾਲਿਆਂ ਨੂੰ ਜਿਹੜੇ ਇਹੋ ਜਿਹੇ ਅਹੁਦੇ ਦਿੱਤੇ ਜਾਂਦੇ ਕਿ ਪੰਜਾਬੀਆਂ 'ਚ ਉਹ ਪੋਟੈਂਸ਼ੀਅਲ ਨਹੀਂ ਨਜ਼ਰ ਆਉਂਦਾ ਰਾਘਵ ਚੱਡਾ ਪੰਜਾਬੀ ਹੈ ਨਹੀਂ ਜੇ ਹਿੰਦੁਸਤਾਨ ਦੇ ਨਾਗਰਿਕ ਨਹੀਂ ਦਿੱਲੀ ਦੇ ਨਾਗਰਿਕ ਜਾਂ ਦਿੱਲੀ ਪੰਜਾਬ ਹਰਿਆਣਾ ਹਿਮਾਚਲ ਨਾਗਰਿਕ ਨਹੀਂ ਇਹ ਜਿਹੜੇ ਇਹ ਕੁਐਸਚਨ ਜਿਹੜੇ ਆ ਨਾ ਜੀ ਇਹ ਟਾਈਪਡ ਕੁਐਸਚਨ ਹੁੰਦੇ ਆ ਕੋਈ ਚੀਜ਼ ਆ ਵੀ ਆਪਾਂ ਕਿਸੇ ਨੂੰ ਕਰਨ ਨਹੀਂ ਦੇਣਾ ਆਪ ਕਰਨਾ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ ਅਤੇ ਜਿਹੜਾ ਉਹਨਾਂ ਨੂੰ ਕੰਪੀਟੈਂਟ ਆਦਮੀ ਲੱਗਦਾ ਅਰਵਿੰਦ ਜੀ ਨੂੰ ਉਹਨਾਂ ਨੂੰ ਕਰ ਲੈਂਦੇ ਹੋ ਆਪਾਂ ਪਾਰਟੀ ਦੇਖੋ ਇਹ ਚੀਜ਼ਾਂ ਮੈਟਰ ਜਿਹੜੇ ਆ ਜਿਹੜੀ ਮੇਨ ਟੀਮ ਹੁੰਦੀ ਆ ਉਹਨਾਂ ਨੇ ਡਿਸੀਜ਼ਨ ਹੁੰਦੇ ਆ ਉਹੀ ਚੱਲਦੇ